ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਐਤਕੀ ਆਪਣੀ ਦੂਜੀ ਵਾਰ ਯਾਤਰਾ ਸ਼੍ਰੀ ਹੇਮਕੁੰਟ ਸਾਹਿਬ ਦੀ, ਅਤੇ ਕਰਦੇ ਆਪਾਂ ਸਾਰਾ ਵਲੋਗ ਸ਼ੁਰੂ ਤੋਂ ਵੇਖੀ ਆਇਓ ਕੰਟੀਨਿਊ। ਆਪਾਂ ਮੇਨ ਮੇਨ ਚੀਜ਼ਾਂ ਹੀ ਦਿਖਾਉਣੀਆਂ, ਕੋਈ ਰਾਹ ਨਹੀਂ ਤੁਹਾਨੂੰ। ਹਾਂ, ਮੈਪ ਜ਼ਰੂਰ ਦੱਸਾਂਗੇ ਕਿਹੜੀ ਲੋਕੇਸ਼ਨ ਵਿੱਚ ਦੀ ਕਿੱਧਰ ਦੀ ਗਏ। ਸੋ ਆਓ ਜੁੜੋ ਵਲੋਗ ਨਾਲ, ਅਤੇ ਵਿਹੜੇ ਹਾਂ ਗਾਂ ਗਾਂ ਜਾ ਕੇ। ਜੀ ਪਿੰਡ ਤੋਂ ਸਿੱਧਾ ਮੰਜੀ ਸਾਹਿਬ ਗੁਰਦੁਆਰੇ ਦੇ, ਇੱਥੇ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਅਤੇ ਗਾਂ ਰਵਾਨਾ ਹੁੰਦੇ ਹਾਂ ਯਾਤਰਾ ਵਾਸਤੇ। ਅਤੇ ਅੱਗੇ ਅੱਗੇ ਵਿਹਣੇ ਹਾਂ, ਰਾਸਤੇ ਦੇ ਵਿੱਚ ਕਿਤੇ ਖੜ੍ਹਦੇ ਹਾਂ। ਬਈ ਬੋਤਲਾਂ ਬੋਤਲਾਂ ਭਰ ਲੈਣਾ ਵੀ, ਤੇ ਫਿਰ ਚੱਲ ਗਏ ਆਪ। ਪ੍ਰਸ਼ਾਦਾ ਪਾਣੀ ਛੱਕ ਕੇ ਤੇ ਹੁਣ ਆਪਾਂ ਚੱਲੇ ਹਾਂ ਗਾਂਹ ਨੂੰ, ਸ਼੍ਰੀ ਪੌਂਟਾ ਸਾਹਿਬ ਨੂੰ। ਤੇ ਅੱਜ ਆਪਾਂ ਰੁਕਾਂਗੇ ਰਿਸ਼ੀਕੇਸ਼, ਤੇ ਹੁਣ ਸਿੱਧਾ ਤੁਹਾਨੂੰ ਰਿਸ਼ੀਕੇਸ਼ ਜਾ ਕੇ ਮਿਲਾਵਾਂਗੇ। ਜੇ ਰਾਸਤੇ ਦੇ ਵਿੱਚ ਕੋਈ ਨਾ ਕੋਈ ਲੰਗਰ ਆਇਆ ਤੇ ਫਿਰ ਆਪਾਂ ਉੱਥੇ ਰੁਕ ਕੇ ਤੁਹਾਨੂੰ ਦਿਖਾਵਾਂਗੇ। ਤੇ ਆਹ ਲੰਗਰ ਸਾਡਾ ਪਹਿਲਾ ਚੱਕਰ ਆ ਪਹਾੜੀਆਂ ਚੜ ਕੇ। ਦੇਹਰਾਦੂਨ ਸ਼ਹਿਰ ਦੇ ਵਿੱਚੋਂ ਲੰਘ ਰਹੇ ਤੇ ਸਾਰੇ ਸਾਡੇ ਸੱਜਣ ਮਿੱਤਰ, ਤੇ ਪਾਣੀ ਸਾਨੂੰ ਰਾਹ 'ਚ ਮਿਲਿਆ ਨਹੀਂ, ਨਾ ਕੋਈ ਪੰਪ ਮਿਲਿਆ। ਸੋ ਹੁਣ ਪੀਂਦੇ ਹਾਂ ਲੈਮਨ ਸੋਡਾ। ਸਾਰੇ ਸਾਡੇ ਭਰਾ ਰੁਕ ਗਏ ਆ, ਇੱਥੇ ਸਾਡਾ ਜਥਾ ਅੱਧਾ ਬਾਹਰ ਦੀ ਜਾ ਵੜਿਆ ਸੀਗਾ, ਤੇ ਬਾਹਰ ਦੀ ਸਾਰੀ ਸੜਕ ਟੁੱਟੀ ਆ, ਤਾਂ ਕਰਕੇ ਅਸੀਂ ਸ਼ਹਿਰ ਦੇ ਵਿੱਚ ਦੀ ਆਏ। ਸੋ ਉਹਨਾਂ ਨੂੰ ਮਿਲਾਂਗੇ ਰਿਸ਼ੀਕੇਸ਼। ਬਾਕੀ ਸਾਡੇ ਨਿਰਮਲ ਜੀ ਦਾ ਹਾਲ ਦੇਖ ਲਓ, ਮੰਦੇ ਆ ਬਈ, ਗਰਮੀ ਮੰਦੇ ਆ। ਪਹਾੜੀ ਸਾਡੇ ਪਹਿਲਾਂ ਆ ਗਏ ਸੀਗੇ ਤੇ ਕੱਢਿਆ ਆ ਸਫ਼ਰ। ਕਿਵੇਂ ਰਿਹਾ ਸੇਵੇ ਤੁਹਾਡਾ ਫਿਰ? ਬਹੁਤ ਵਧੀਆ ਬਾਈ ਜੀ। ਤੇ ਮੀਂਹ ਮੂੰਹ ਟੱਕਰਿਆ ਕਿ ਨਹੀਂ? ਮੀਂਹ ਮੂੰਹ ਮਾੜਾ ਮੋਟਾ ਸੀਗਾ, ਬਾਹਲਾ ਨਹੀਂ ਸੀਗਾ। ਘੈਂਟ ਆ ਮਾਹੌਲ, ਘੈਂਟ ਆ, ਠੰਡ ਠੁੰਡ ਹੈਗੀ ਬਹੁਤ ਜ਼ਿਆਦਾ। ਚੱਲ ਜਾ ਕੇ ਵੇਖਾਂਗੇ ਫਿਰ। ਤੇ ਆ ਗਏ ਅਸੀਂ ਰਿਸ਼ੀਕੇਸ਼ ਗੁਰਦੁਆਰਾ ਸਾਹਿਬ, ਤੇ ਸਮਾਨ ਖੋਲਦੇ ਹਾਂ ਹੁਣ ਆਪਦਾ ਸਾਰੇ, ਤੇ ਫਿਰ ਕੱਲ੍ਹ ਨੂੰ ਪਾਉਣੇ ਇੱਥੋਂ ਚਾਲੇ। ਮਿੱਤਰੋ, ਕੁਲਫੀਆਂ ਦੀ ਵਾਰੀ ਬੰਨ ਲਈ ਆ, ਠੀਕ ਆ। ਹੁਣ ਇੱਕ ਵਾਰੀ ਮੈਂ ਖਵਾ ਦਾ ਇਹਨਾਂ ਸਾਰਿਆਂ ਨੂੰ,
ਤੇ ਹੁਣ ਸਾਰਿਆਂ ਨੇ ਕਹਿ ਕਰੀਏ ਇੱਕ ਦੂਜੇ ਨੂੰ, ਆਉਣ ਵਾਲੀ ਵਾਰੀ ਹਰਿਮੰਦਰ ਦੀ, ਉਹ ਤੋਂ ਬਾਅਦ ਚੋਂ ਲਛਮਣ ਝੂਲੇ ਦਾ ਨਜ਼ਾਰਾ। ਉਹ ਸਾਹਮਣੇ ਝੂਲਾ ਰਿਹਾ ਆ ਗੰਗਾ ਨਦੀ, ਤੇ ਇੱਧਰ ਆਰਤੀ ਹੋਈ ਜਾਂਦੀ ਆ। ਇਹ ਝੂਲੇ ਦੇ ਵੀਰੇ ਤਿੰਨ ਲਾਈਨਾਂ ਬਣੀਆਂ, ਜਿਹੜੀ ਇੱਧਰਲੀ ਲਾਈਨ ਆ ਤੇ ਇੱਧਰਲੀ ਲਾਈਨ ਆ ਰਾਈਟ ਲੈਫਟ, ਇਹਦਾ ਹੈਗੀ ਆ ਮੋਟਰਸਾਈਕਲ ਵਹੀਕਲਾਂ ਵਾਸਤੇ, ਤੇ ਜਿਹੜੀ ਵਿਚਾਲਣ ਵਾਲੀ ਲਾਈਨ ਆ ਇਹ ਤੁਰਨ ਵਾਸਤੇ ਆ। ਤੇ ਇੱਕ ਸਾਹਮਣੇ ਝੂਲਾ ਏ, ਜਿਹੜੀਆਂ ਲਾਈਟਾਂ ਜਗੀ ਜਾਂਦੀਆਂ ਉਹ ਵੀ ਦਿਖਾਉਣੇ ਆ। ਸਵੇਰੇ ਚਾਹ ਪੀਣ ਤੋਂ ਬਾਅਦ ਹੁਣ ਅਸੀਂ ਸਿੱਧਾ ਰਵਾਨਾ ਹੋਣੇ ਆ, ਵੇਖਦੇ ਅੱਜ ਸ਼੍ਰੀਨਗਰ ਰਹਿੰਦੇ ਆ ਕਿ ਸਿੱਧਾ ਘਾਟ ਤੇ ਜਾਂਦੇ ਆ, ਤੇ ਜੁੜੇ ਰਹੋ ਨਾਲ। ਆਹ ਸਾਡੇ ਅੰਕਲ ਜੀ ਨਾਲ ਆਏ ਆ ਸਾਡੇ, ਤੇ ਕਿਵੇਂ ਅੰਕਲ ਹਜੇ ਤੱਕ ਦਾ ਆਪਣਾ ਰੂਟ? ਬਹੁਤ ਵਧੀਆ, ਅਜੇ ਤੱਕ ਪੂਰਾ ਆਪਣਾ ਚੱਲੀ ਜਾਂਦਾ ਵਧੀਆ, ਵਾਹਿਗੁਰੂ ਦੀ ਮਿਹਰ ਨਾਲ। ਕੋਈ ਦਿੱਕਤ ਨਹੀਂ ਆਈ, ਪਰੇਸ਼ਾਨੀ ਨਹੀਂ ਆਈ ਕਿਸੇ ਨੂੰ ਵੀ। ਮੇਨ ਤਾਂ ਮੋਟਰਸਾਈਕਲਾਂ ਦੀ ਹੁੰਦੀ ਆ, ਚਲੋ ਵੀ ਮੋਟਰਸਾਈਕਲ ਦਾ ਦੁਖੀ ਕਾਰਨ, ਬਾਕੀ ਤਾਂ ਸਾਰਾ ਓਕੇ ਹੁੰਦਾ ਸਿਸਟਮ। ਤੇ ਬਾਕੀ ਹੁਣ ਜਾਂਦੇ ਹਾਂ ਤੇ ਦੇਖਦੇ ਹਾਂ ਕਿੱਥੇ ਸਟੇਅ ਕਰਦੇ ਹਾਂ। ਸਵੇਰ ਦਾ ਪਹਿਲਾ ਲੰਗਰ ਚਾਹ ਦੇ ਪਕੌੜਿਆਂ ਦਾ, ਤੇ ਜਿਹਦੇ ਉੱਤੇ ਸਾਰਿਆਂ ਤੋਂ ਪਹਿਲੀ ਨਿਗਾਹ ਵਕੀਲ ਦੀ ਪਈ। ਅੱਜ ਜਿਹੜਾ ਬਾਬਾ ਜੀ ਦਾ ਲੰਗਰ ਲੱਗਾ, 5 ਮਹੀਨੇ ਲੰਗਰ ਚੱਲਦਾ ਹੈ, ਤੇ ਸਾਰੇ ਜਣੇ ਜ਼ਰੂਰ ਇੱਥੇ ਜਿਹੜਾ ਵੀ ਆਉਂਦਾ ਇਹ ਹਿੱਸਾ ਪਾ ਕੇ ਜਾਇਆ ਕਰੋ। 10, 5, 20 ਰੁਪਏ ਜੋ ਵੀ ਬੰਦਾ ਆਉਂਦਾ ਤੇ ਜ਼ਰੂਰ ਆਇਆ ਕਰੋ। ਇਹ ਹੈਗਾ ਜੀ ਦੇਵ ਪ੍ਰਯਾਗ, ਤੇ ਇੱਥੇ ਦੋ ਨਦੀਆਂ ਮਿਲਦੀਆਂ, ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ, ਇੱਕ ਅਲਕਨੰਦਾ ਤੇ ਇੱਕ ਭਾਗੀਰਥੀ, ਤੇ ਇਹਨੂੰ ਮਿਲਾ ਕੇ ਦੋਵਾਂ ਨੂੰ ਫਿਰ ਗੰਗਾ ਬਣਦੀ ਆ। ਉਹ ਜੀ ਗੋਬਿੰਦ ਘਾਟ ਦੇ ਉੱਤੇ ਸਾਰੇ ਪਹੁੰਚ ਗਿਆ ਸਾਡਾ ਜਥਾ, ਤੇ ਹੁਣ ਕੱਲ੍ਹ ਨੂੰ ਕਰਾਂਗੇ ਟਰੈਕ ਸ਼੍ਰੀ ਹੇਮਕੁੰਡ ਸਾਹਿਬ ਦਾ, ਇੱਥੋਂ ਘਾਟ ਤੋਂ ਧਾਮ, ਅਤੇ ਉਦੋਂ ਬਾਅਦ ਤੁਹਾਨੂੰ ਸਾਰਾ ਸਫ਼ਰ ਇੱਕੋ ਵਲੋਗ ਦੇ ਵਿੱਚ ਦਿਖਾਵਾਂਗੇ। ਅਤੇ ਆਹ ਵਲੋਗ ਇੱਥੇ ਹੀ ਆਪਾਂ ਖਤਮ ਕਰਦੇ ਹਾਂ, ਅਤੇ ਵੇਖੋ ਅਗਲਾ ਵਲੋਗ।